ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ 35 ਦੇ ਪਾਰਕ ਵਿੱਚ ਹੋਈ ਅੱਗ ਤੋਂ ਝੁਲਸੀ ਯੁਵਤੀ ਦੀ PGI ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਮਾਮਲੇ 'ਚ ਕਈ ਟਵਿਸਟ ਸਾਹਮਣੇ ਆ ਰਹੇ ਨੇ। ਹੁਣ ਤੱਕ ਦੀ ਪੁਲਿਸ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਕੁੜੀ ਮੁੰਡਾ ਨਾਲ ਸੀਗੇ, ਪ੍ਰੇਮ ਪ੍ਰਸੰਗ ਦਾ ਇਹ ਮਾਮਲਾ ਹੈ ਜਿਹਦੇ ਵਿੱਚ ਆਪਸ 'ਚ ਉਹਨਾਂ ਦੀ ਗੱਲਬਾਤ ਹੋਈ, ਕਿਸੇ ਗੱਲ 'ਤੇ ਕਿਸੇ ਤਰ੍ਹਾਂ ਦੀ ਆਪਸੀ ਬਹਿਸਬਾਜ਼ ਹੋਈ ਔਰ ਉਸ ਤੋਂ ਬਾਅਦ ਕੁੜੀ ਨੇ ਅੱਗ ਲਾ ਲਈ। ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ, ਹਾਲਾਂਕਿ ਮੁੰਡਾ ਜਿਹੜਾ ਹੈ ਉਹ ਕਾਬੂ ਕਰ ਲਿਆ ਗਿਆ। ਆਪਸੀ ਕਾਫੀ ਸਾਲਾਂ ਤੋਂ ਇਹਨਾਂ ਦੀ ਜਾਣ ਪਛਾਣ ਸੀਗੀ, ਪ੍ਰੇਮ ਪ੍ਰਸੰਗ ਦਾ ਮਾਮਲਾ ਚੱਲ ਰਿਹਾ, ਸ਼ਾਦੀ ਕਰਨ ਦੇ ਮਾਮਲੇ 'ਚ ਆਪਸੀ ਇਹਨਾਂ ਦੀ ਜਿਹੜੀ ਨੋਕਝੋਕ ਚੱਲ ਰਹੀ ਸੀ, ਕਾਫੀ ਦਿਨਾਂ ਤੋਂ ਇਹਨਾਂ ਦੀ ਆਪਸੀ ਜਿਹੜੀ ਹੈ ਜਿਹੜੀ ਗੱਲਬਾਤ ਚੱਲ ਰਹੀ ਸੀਗੀ, ਬਹਿਸਬਾਜ਼ੀ ਹੁੰਦੀ ਰਹੀ ਔਰ ਕੱਲ ਰਾਤ ਕੁੜੀ ਨੇ ਮੁੰਡੇ ਨੂੰ ਸੈਕਟਰ 35 ਦੇ ਪਾਰਕ ਦੇ ਵਿੱਚ ਗੱਲਬਾਤ ਕਰਨ ਬੁਲਾਇਆ ਸੀਗਾ, ਉੱਥੇ ਹੀ ਗੱਲਬਾਤ ਵਿਗੜੀ। ਹਾਲਾਂਕਿ ਹਜੇ ਤੱਕ ਇਹ ਸਸਪੈਂਸ ਬਣਿਆ ਹੋਇਆ ਹੈ ਕਿ ਕੁੜੀ ਨੇ ਆਪਣੇ ਆਪ ਨੂੰ ਅੱਗ ਲਾਈ, ਕਿਉਂਕਿ ਮੁੰਡਾ ਤਾਂ ਜ਼ਰੂਰ ਇਹ ਬਿਆਨ ਦਿੰਦਾ ਨਜ਼ਰ ਆ ਰਿਹਾ ਕਿ ਕੁੜੀ ਨੇ ਆਪਣੇ ਆਪ ਹੀ ਅੱਗ ਲਾਈ ਹੈ। ਹਾਲਾਂਕਿ ਪੁਲਿਸ ਹੁਣ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਮੁੰਡੇ ਨੂੰ ਕਾਬੂ ਕਰ ਲਿਆ ਗਿਆ, ਚੰਡੀਗੜ੍ਹ ਦਾ ਹੀ ਦੱਸਿਆ ਜਾ ਰਿਹਾ ਔਰ ਹੁਣ ਤੱਕ ਦੀ ਜਾਣਕਾਰੀ ਹੈ ਕਿ ਆਪਣਾ ਹੀ ਸੈਕਟਰ 22 ਦੇ ਵਿੱਚ ਉਹਦਾ ਕੰਮ ਹੈ, ਬਿਜ਼ਨਸ ਹੈ। ਹੁਣ ਦੇਖਣਾ ਹੋਵੇਗਾ ਕਿ ਪੂਰਾ ਮੈਟਰ ਕਿਸ ਤਰ੍ਹਾਂ ਇਹਨਾਂ ਦੀ ਆਪਸੀ ਗੱਲਬਾਤ ਹੋਈ, ਅੱਗ ਕਿੰਨੇ ਲਾਈ। ਹਾਲਾਂਕਿ ਕੁੜੀ ਦੀ ਤਾਂ ਮੌਤ ਹੋ ਚੁੱਕੀ ਹੈ, ਕਾਫੀ 80% ਤੋਂ ਵੀ ਜ਼ਿਆਦਾ ਬਰਨ ਹੋ ਗਈ ਸੀ। ਹੁਣ ਪੂਰੇ ਇਸ ਮਾਮਲੇ 'ਚ ਕਈ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਪੁਲਿਸ ਅਤੇ ਹੋਰ ਵੀ ਕਈ ਖੁਲਾਸੇ ਜਿਹੜੇ ਆ ਉਹ ਪੁਲਿਸ ਜਿਹੜੀ ਆਉਣ ਵਾਲੇ ਦਿਨਾਂ 'ਚ ਕਰੇਗੀ। ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ 35 ਦੇ ਪਾਰਕ ਵਿੱਚ ਹੋਈ ਅੱਗ ਤੋਂ ਝੁਲਸੀ ਯੁਵਤੀ ਦੀ PGI ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਮਾਮਲੇ 'ਚ ਕਈ ਟਵਿਸਟ ਸਾਹਮਣੇ ਆ ਰਹੇ ਨੇ। ਹੁਣ ਤੱਕ ਦੀ ਪੁਲਿਸ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਕੁੜੀ ਮੁੰਡਾ ਨਾਲ ਸੀਗੇ, ਪ੍ਰੇਮ ਪ੍ਰਸੰਗ ਦਾ ਇਹ ਮਾਮਲਾ ਹੈ ਜਿਹਦੇ ਵਿੱਚ ਆਪਸ 'ਚ ਉਹਨਾਂ ਦੀ ਗੱਲਬਾਤ ਹੋਈ, ਕਿਸੇ ਗੱਲ 'ਤੇ ਕਿਸੇ ਤਰ੍ਹਾਂ ਦੀ ਆਪਸੀ ਬਹਿਸਬਾਜ਼ ਹੋਈ ਔਰ ਉਸ ਤੋਂ ਬਾਅਦ ਕੁੜੀ ਨੇ ਅੱਗ ਲਾ ਲਈ। ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ, ਹਾਲਾਂਕਿ ਮੁੰਡਾ ਜਿਹੜਾ ਹੈ ਉਹ ਕਾਬੂ ਕਰ ਲਿਆ ਗਿਆ। ਆਪਸੀ ਕਾਫੀ ਸਾਲਾਂ ਤੋਂ ਇਹਨਾਂ ਦੀ ਜਾਣ ਪਛਾਣ ਸੀਗੀ, ਪ੍ਰੇਮ ਪ੍ਰਸੰਗ ਦਾ ਮਾਮਲਾ ਚੱਲ ਰਿਹਾ, ਸ਼ਾਦੀ ਕਰਨ ਦੇ ਮਾਮਲੇ 'ਚ ਆਪਸੀ ਇਹਨਾਂ ਦੀ ਜਿਹੜੀ ਨੋਕਝੋਕ ਚੱਲ ਰਹੀ ਸੀ, ਕਾਫੀ ਦਿਨਾਂ ਤੋਂ ਇਹਨਾਂ ਦੀ ਆਪਸੀ ਜਿਹੜੀ ਹੈ ਜਿਹੜੀ ਗੱਲਬਾਤ ਚੱਲ ਰਹੀ ਸੀਗੀ, ਬਹਿਸਬਾਜ਼ੀ ਹੁੰਦੀ ਰਹੀ ਔਰ ਕੱਲ ਰਾਤ ਕੁੜੀ ਨੇ ਮੁੰਡੇ ਨੂੰ ਸੈਕਟਰ 35 ਦੇ ਪਾਰਕ ਦੇ ਵਿੱਚ ਗੱਲਬਾਤ ਕਰਨ ਬੁਲਾਇਆ ਸੀਗਾ, ਉੱਥੇ ਹੀ ਗੱਲਬਾਤ ਵਿਗੜੀ। ਹਾਲਾਂਕਿ ਹਜੇ ਤੱਕ ਇਹ ਸਸਪੈਂਸ ਬਣਿਆ ਹੋਇਆ ਹੈ ਕਿ ਕੁੜੀ ਨੇ ਆਪਣੇ ਆਪ ਨੂੰ ਅੱਗ ਲਾਈ, ਕਿਉਂਕਿ ਮੁੰਡਾ ਤਾਂ ਜ਼ਰੂਰ ਇਹ ਬਿਆਨ ਦਿੰਦਾ ਨਜ਼ਰ ਆ ਰਿਹਾ ਕਿ ਕੁੜੀ ਨੇ ਆਪਣੇ ਆਪ ਹੀ ਅੱਗ ਲਾਈ ਹੈ। ਹਾਲਾਂਕਿ ਪੁਲਿਸ ਹੁਣ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਮੁੰਡੇ ਨੂੰ ਕਾਬੂ ਕਰ ਲਿਆ ਗਿਆ, ਚੰਡੀਗੜ੍ਹ ਦਾ ਹੀ ਦੱਸਿਆ ਜਾ ਰਿਹਾ ਔਰ ਹੁਣ ਤੱਕ ਦੀ ਜਾਣਕਾਰੀ ਹੈ ਕਿ ਆਪਣਾ ਹੀ ਸੈਕਟਰ 22 ਦੇ ਵਿੱਚ ਉਹਦਾ ਕੰਮ ਹੈ, ਬਿਜ਼ਨਸ ਹੈ। ਹੁਣ ਦੇਖਣਾ ਹੋਵੇਗਾ ਕਿ ਪੂਰਾ ਮੈਟਰ ਕਿਸ ਤਰ੍ਹਾਂ ਇਹਨਾਂ ਦੀ ਆਪਸੀ ਗੱਲਬਾਤ ਹੋਈ, ਅੱਗ ਕਿੰਨੇ ਲਾਈ। ਹਾਲਾਂਕਿ ਕੁੜੀ ਦੀ ਤਾਂ ਮੌਤ ਹੋ ਚੁੱਕੀ ਹੈ, ਕਾਫੀ 80% ਤੋਂ ਵੀ ਜ਼ਿਆਦਾ ਬਰਨ ਹੋ ਗਈ ਸੀ। ਹੁਣ ਪੂਰੇ ਇਸ ਮਾਮਲੇ 'ਚ ਕਈ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਪੁਲਿਸ ਅਤੇ ਹੋਰ ਵੀ ਕਈ ਖੁਲਾਸੇ ਜਿਹੜੇ ਆ ਉਹ ਪੁਲਿਸ ਜਿਹੜੀ ਆਉਣ ਵਾਲੇ ਦਿਨਾਂ 'ਚ ਕਰੇਗੀ। ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ 35 ਦੇ ਪਾਰਕ ਵਿੱਚ ਹੋਈ ਅੱਗ ਤੋਂ ਝੁਲਸੀ ਯੁਵਤੀ ਦੀ PGI ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਮਾਮਲੇ 'ਚ ਕਈ ਟਵਿਸਟ ਸਾਹਮਣੇ ਆ ਰਹੇ ਨੇ। ਹੁਣ ਤੱਕ ਦੀ ਪੁਲਿਸ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਕੁੜੀ ਮੁੰਡਾ ਨਾਲ ਸੀਗੇ, ਪ੍ਰੇਮ ਪ੍ਰਸੰਗ ਦਾ ਇਹ ਮਾਮਲਾ ਹੈ ਜਿਹਦੇ ਵਿੱਚ ਆਪਸ 'ਚ ਉਹਨਾਂ ਦੀ ਗੱਲਬਾਤ ਹੋਈ, ਕਿਸੇ ਗੱਲ 'ਤੇ ਕਿਸੇ ਤਰ੍ਹਾਂ ਦੀ ਆਪਸੀ ਬਹਿਸਬਾਜ਼ ਹੋਈ ਔਰ ਉਸ ਤੋਂ ਬਾਅਦ ਕੁੜੀ ਨੇ ਅੱਗ ਲਾ ਲਈ। ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ, ਹਾਲਾਂਕਿ ਮੁੰਡਾ ਜਿਹੜਾ ਹੈ ਉਹ ਕਾਬੂ ਕਰ ਲਿਆ ਗਿਆ। ਆਪਸੀ ਕਾਫੀ ਸਾਲਾਂ ਤੋਂ ਇਹਨਾਂ ਦੀ ਜਾਣ ਪਛਾਣ ਸੀਗੀ, ਪ੍ਰੇਮ ਪ੍ਰਸੰਗ ਦਾ ਮਾਮਲਾ ਚੱਲ ਰਿਹਾ, ਸ਼ਾਦੀ ਕਰਨ ਦੇ ਮਾਮਲੇ 'ਚ ਆਪਸੀ ਇਹਨਾਂ ਦੀ ਜਿਹੜੀ ਨੋਕਝੋਕ ਚੱਲ ਰਹੀ ਸੀ, ਕਾਫੀ ਦਿਨਾਂ ਤੋਂ ਇਹਨਾਂ ਦੀ ਆਪਸੀ ਜਿਹੜੀ ਹੈ ਜਿਹੜੀ ਗੱਲਬਾਤ ਚੱਲ ਰਹੀ ਸੀਗੀ, ਬਹਿਸਬਾਜ਼ੀ ਹੁੰਦੀ ਰਹੀ ਔਰ ਕੱਲ ਰਾਤ ਕੁੜੀ ਨੇ ਮੁੰਡੇ ਨੂੰ ਸੈਕਟਰ 35 ਦੇ ਪਾਰਕ ਦੇ ਵਿੱਚ ਗੱਲਬਾਤ ਕਰਨ ਬੁਲਾਇਆ ਸੀਗਾ, ਉੱਥੇ ਹੀ ਗੱਲਬਾਤ ਵਿਗੜੀ। ਹਾਲਾਂਕਿ ਹਜੇ ਤੱਕ ਇਹ ਸਸਪੈਂਸ ਬਣਿਆ ਹੋਇਆ ਹੈ ਕਿ ਕੁੜੀ ਨੇ ਆਪਣੇ ਆਪ ਨੂੰ ਅੱਗ ਲਾਈ, ਕਿਉਂਕਿ ਮੁੰਡਾ ਤਾਂ ਜ਼ਰੂਰ ਇਹ ਬਿਆਨ ਦਿੰਦਾ ਨਜ਼ਰ ਆ ਰਿਹਾ ਕਿ ਕੁੜੀ ਨੇ ਆਪਣੇ ਆਪ ਹੀ ਅੱਗ ਲਾਈ ਹੈ। ਹਾਲਾਂਕਿ ਪੁਲਿਸ ਹੁਣ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਮੁੰਡੇ ਨੂੰ ਕਾਬੂ ਕਰ ਲਿਆ ਗਿਆ, ਚੰਡੀਗੜ੍ਹ ਦਾ ਹੀ ਦੱਸਿਆ ਜਾ ਰਿਹਾ ਔਰ ਹੁਣ ਤੱਕ ਦੀ ਜਾਣਕਾਰੀ ਹੈ ਕਿ ਆਪਣਾ ਹੀ ਸੈਕਟਰ 22 ਦੇ ਵਿੱਚ ਉਹਦਾ ਕੰਮ ਹੈ, ਬਿਜ਼ਨਸ ਹੈ।
ਹੁਣ ਦੇਖਣਾ ਹੋਵੇਗਾ ਕਿ ਪੂਰਾ ਮੈਟਰ ਕਿਸ ਤਰ੍ਹਾਂ ਇਹਨਾਂ ਦੀ ਆਪਸੀ ਗੱਲਬਾਤ ਹੋਈ, ਅੱਗ ਕਿੰਨੇ ਲਾਈ। ਹਾਲਾਂਕਿ ਕੁੜੀ ਦੀ ਤਾਂ ਮੌਤ ਹੋ ਚੁੱਕੀ ਹੈ, ਕਾਫੀ 80% ਤੋਂ ਵੀ ਜ਼ਿਆਦਾ ਬਰਨ ਹੋ ਗਈ ਸੀ। ਹੁਣ ਪੂਰੇ ਇਸ ਮਾਮਲੇ 'ਚ ਕਈ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਪੁਲਿਸ, ਅਤੇ ਹੋਰ ਵੀ ਖੁਲਾਸੇ ਜਿਹੜੇ ਆ ਉਹ ਪੁਲਿਸ ਜਿਹੜੀ ਆਉਣ ਵਾਲੇ ਦਿਨਾਂ 'ਚ ਕਰੇਗੀ।